ਆਪਣੀ ਬੋਲੀ ਕੋਲੋਂ, ਆਪਣੀ ਮਦਰ ਟੰਗ ਕੋਲੋਂ, ਆਪਣੀ ਮਾਂ ਬੋਲੀ ਕੋਲੋਂ ਬੰਦੇ ਨੂੰ ਕਿਸੇ ਕਿਸਮ ਦੀ ਕਾਣੋ ਨਹੀਂ ਖਾਣੀ ਚਾਹੀਦੀ। ਬੰਦੇ ਦਾ ਤੁਖਮ ਤਸੀਰ, ਬੰਦੇ ਦਾ ਅਸਲਾ ਉਹੀ ਏ ਜੋ ਹੈ। ਅਸਲਾਮ ਵਾਲੇਕੁਮ, ਮੈਂ ਹਾਂ ਤੁਹਾਡੀ ਮੇਜ਼ਬਾਨ ਜ਼ੈਨੁਲ ਇਸਲਾਮ ਅਤੇ ਤੁਸੀਂ ਵੇਖ ਰਹੇ ਹੋ ਇਨਡੋਰਸ ਟੀਵੀ ਆਸਟ੍ਰੇਲੀਆ। ਅੱਜ ਦੇ ਸਾਡੇ ਸ਼ੋਅ ਲੈਂਦੇ ਪੰਜਾਬ ਦੇ ਰੰਗ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਇੱਕ ਬਹੁਤ ਹੀ ਮਸ਼ਹੂਰ ਸ਼ਖਸੀਅਤ ਮਕਸੂਦ ਸਾਕਿਬ ਸਾਹਿਬ, ਜਿਹੜੇ ਕਿਸੇ ਵੀ ਤਾਰੁਫ ਦੇ ਮੁਹਤਾਜ ਨਹੀਂ। ਇਹਨਾਂ ਨੇ ਪੰਜਾਬੀ ਜ਼ੁਬਾਨ ਦੇ ਵਧਾ ਅਤੇ ਪ੍ਰਚਾਰ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ। ਅਸਲਾਮ ਵਾਲੇਕੁਮ ਮਕਸੂਦ ਸਾਕਿਬ ਜੀ। ਵਾਲੇਕੁਮ ਸਲਾਮ, ਕੀ ਹਾਲ ਚਾਲ ਨੇ ਤੁਹਾਡੇ? ਮਕਸੂਦ ਸਾਕਿਬ ਸਾਹਿਬ, ਮੈਂ ਪੁੱਛਣਾ ਇਹ ਚਾਹਾਂਗੀ ਕਿ ਇਹ ਜਿਹੜਾ ਤੁਸੀਂ ਕੰਮ ਕੀਤਾ, ਇਹ ਸਾਰੀ ਮਾਲਕ ਦੀ ਅਤਾ ਕਹੋਗੇ ਕਿ ਆਪਣੀ ਜਦੋਜਹਿਦ ਕਹੋਗੇ? ਦੋਵੇਂ ਗੱਲਾਂ ਨੇ ਜੀ। ਬੰਦਾ ਜੋ ਵੀ ਕਰਦਾ ਹੈ ਉਹ ਅਤਾ ਹੀ ਹੁੰਦੀ ਹੈ, ਔਰ ਖਾਸ ਕਰਕੇ ਜਿਹੜੀ ਕੋਈ ਅਜਿਹਾ ਕੰਮ ਜਿਹੜਾ ਦੂਜੇ ਨਾ ਕਰ ਰਹੇ ਹੋਣ, ਅਤੇ ਤੁਸੀਂ ਉਸ ਕੰਮ ਵਾਲੇ ਆਓ ਔਰ ਪਛਾਣੋ ਕਿ ਤੁਹਾਡੀ ਉਸ ਕੰਮ 'ਚ ਕਿੰਨੀ ਲੋੜ ਹੈ। ਇਹ ਵੇਲੇ ਦੀ ਔਰ ਕੁਦਰਤ ਦੀ ਮਿਹਰ ਹੁੰਦੀ ਹੈ ਬੰਦੇ 'ਤੇ, ਅਤੇ ਇਹ ਸਮਝ ਲਓ ਕਿ ਮੇਰੇ ਨਾਲ ਦੋਵੇਂ ਹੀ ਗੱਲਾਂ। ਹਾਂਜੀ, ਅਤੇ ਮਕਸੂਦ ਸਾਕਿਬ ਸਾਹਿਬ, ਤੁਸੀਂ ਤਾਂ ਪੰਜਾਬੀ ਦੇ ਪ੍ਰਚਾਰ ਅਤੇ ਵਧਾਅ ਵਾਸਤੇ ਵਾਹਵਾ ਕੰਮ ਕੀਤਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਹਰ ਬੰਦਾ ਇਸੇ ਜਜ਼ਬੇ ਅਤੇ ਜੋਸ਼ ਨਾਲ ਕੰਮ ਕਰ ਸਕਦਾ ਹੈ? ਜੀ ਬਿਲਕੁਲ ਕੀਤਾ ਜਾ ਸਕਦਾ ਜੀ। ਇਸ ਵਾਸਤੇ ਜ਼ਬਾਨ ਸਾਡੀ ਜਿਹੜੀ ਹੈ ਪੰਜਾਬੀ, ਪੰਜਾਬੀ ਹਾਜ਼ਰ ਨਾਜ਼ਰ ਜ਼ਬਾਨ ਹੈ, ਗਾਇਬ ਨਹੀਂ ਹੋਈ, ਮੌਜੂਦ ਹੈ। ਹਰ ਬੰਦਾ ਬੋਲਦਾ, ਸਾਰੀ ਖਲਕਤ ਜਿਹੜੀ ਹੈ, ਥੱਲੇ ਦੇ ਕੰਮਕਾਰ ਜਿਤਨੇ ਹਨ ਉਹ ਸਾਰੇ ਪੰਜਾਬੀ ਰਾਹੀਂ ਹੁੰਦੇ ਨੇ, ਔਰ ਅਸੀਂ ਵੈਸੇ ਵੀ ਪੰਜਾਬੀ ਹਾਂ, ਔਰ ਸਾਡੀ ਇੱਕ ਸਮਝ ਲਓ ਵੀ ਨੈਚੁਰਲ ਲੈਂਗੁਏਜ ਜਿਹੜੀ ਹੈ, ਵੇ ਕੁਦਰਤੀ ਸਾਡੀ ਜ਼ਬਾਨ ਜਿਹੜੀ ਉਹ ਪੰਜਾਬੀ ਹੈ। ਅਸੀਂ ਜਿਹੜੀਆਂ ਮਰਜ਼ੀ ਜ਼ਬਾਨਾਂ ਵੈਸੇ ਬੋਲਦੇ ਫਿਰੀਏ ਜਾਂ ਸਿੱਖਦੇ ਫਿਰੀਏ, ਉਹ ਆਪਣੀ ਥਾਂ 'ਤੇ ਨਹੀਂ। ਉਹ ਸਾਡਾ ਸਿੱਖਣ ਦਾ, ਜ਼ੋਰ ਲਾਉਣ ਦਾ, ਟਿੱਲ ਮਾਰਨ ਦਾ ਇੱਕ ਆਹਰ ਹੈ, ਜਿਹਦੇ ਨਾਲ ਅਸੀਂ ਕੋਈ ਦੂਸਰੀ ਬੋਲੀ ਲੈਂਦੇ ਹਾਂ, ਲੇਕਿਨ ਲੈਂਦੇ ਉਹ ਵੀ ਅਸੀਂ ਆਪਣੀ ਬੋਲੀ ਰਾਹੀਂ ਹਾਂ। ਬੰਦੇ ਕੋਲ ਜਿਹੜੀ ਆਪਣੀ ਬੋਲੀ ਹੁੰਦੀ ਹੈ ਨਾ, ਅਸਲ 'ਚ ਉਹ ਹੀ ਹੁੰਦਾ ਦੂਸਰੀਆਂ ਬੋਲੀਆਂ ਨਾਲ ਸੰਬੰਧ ਬਣਾਉਣ ਦੇ 'ਚ ਉਸਦਾ ਬੜਾ ਬੁਨਿਆਦੀ ਰੋਲ ਹੁੰਦਾ। ਅਤੇ ਅਸੀਂ ਸਮਝਦੇ ਹਾਂ ਜੀ ਕਿ ਪੰਜਾਬੀ ਬਿਲਕੁਲ ਮੌਜੂਦ ਹੈ, ਜੋ ਪੰਜਾਬੀ ਨਾਲ ਹੋਇਆ ਉਹ ਵੀ ਇੱਕ ਕਹਾਣੀ ਹੈ, ਔਰ ਉਹਦਾ ਜਿਹੜਾ ਨਿਤਾਰਾ ਕਰਨ ਵਾਲੇ ਲੋਕਾਂ ਨੂੰ ਜਾਗ ਆਉਂਦੀ ਪਈ, ਆਪਣੀ ਬੋਲੀ ਬਾਰੇ ਕਾਨਸ਼ੀਅਸ ਹੁੰਦੇ ਨੇ ਪਏ। ਆਮ ਖਲਕਤ ਤਾਂ ਪਹਿਲਾਂ ਹੀ ਕਾਨਸ਼ੀਅਸ, ਜਿਹੜਾ ਸਾਡਾ ਛੋਟਾ ਮੋਟਾ ਪੜ੍ਹਿਆ ਲਿਖਿਆ ਤਬਕਾ ਹੈ ਸੀ, ਬਣਿਆ, ਉਹ ਏਲੀਏਨੇਟ ਹੋ ਗਿਆ ਆਪਣੀ ਲੈਂਗੁਏਜ ਕੋਲੋਂ, ਔਰ ਹੁਣ ਉਹਨਾਂ ਨੂੰ ਵੀ ਕੋਈ ਥੋੜ੍ਹੀ ਬਹੁਤ ਜਾਗ ਲੱਗਦੀ ਹੈ। ਤਾਂ ਸਰ, ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਜ਼ੁਬਾਨ ਸਿਰਫ ਸ਼ਾਇਰਾਂ ਦੀ ਜ਼ੁਬਾਨ ਹੈ ਕਿ ਲਿਖਾਰੀਆਂ ਦੀ ਜ਼ੁਬਾਨ ਹੈ, ਕਿ ਇਹ ਸਿਰਫ ਕਿਤਾਬਾਂ 'ਚ ਹੀ ਮਰ ਜਾਏਗੀ? ਕਿਉਂਕਿ ਸਾਡੇ ਬੱਚੇ ਤਾਂ ਮਾਡਰਨ ਹੁੰਦੇ ਜਾਂਦੇ ਨੇ, ਇੰਗਲਿਸ਼ ਸਿੱਖਦੇ ਨੇ, ਪੰਜਾਬੀ ਬੋਲਣ ਨੂੰ ਬੁਰਾ ਸਮਝਦੇ ਨੇ। ਇਹ ਇਹ ਗੱਲ ਤੁਹਾਡੀ ਠੀਕ ਕਿ ਇਹ ਸਾਡੇ ਨਾਲ ਹਨੇਰ ਹੋਇਆ, ਲੇਕਿਨ ਇਹ ਜਿਹੜਾ ਸਾਨੂੰ ਲੱਗਦਾ ਹੈ ਨਾ, ਜਾਂ ਸਾਨੂੰ ਇਸ ਤਰ੍ਹਾਂ ਜੇ ਮਹਿਸੂਸ ਕਰੀਏ ਕਿ ਸਾਰਾ ਹੀ ਇਹ ਵੇ, ਤਾਂ ਸਾਰਾ ਇਹ ਨਹੀਂ ਹੈ। ਪੰਜਾਬੀ ਸਿਰਫ ਸ਼ਾਇਰਾਂ ਦੀ ਜਾਂ ਮਤਲਬ ਕਹਾਣੀਕਾਰਾਂ ਦੀ ਜ਼ੁਬਾਨ ਵੀ ਹੈ ਵੇ, ਔਰ ਸ਼ਾਇਰਾਂ ਦੀ ਤਾਂ ਬਹੁਤ ਹੈ, ਕਿਉਂਕਿ ਪੰਜਾਬੀ ਦਾ ਲਿਟਰੇਚਰ ਜਿਹੜਾ ਉਹ ਇੰਨਾ ਰਿਚ ਵੇ, ਉਹਦੀ ਟਰੈਡੀਸ਼ਨ ਐਡੀ ਵੱਡੀ ਹੈ ਕਿ ਤੁਸੀਂ ਹਿਸਾਬ ਲਾ ਲਓ 11ਵੀਂ 12ਵੀਂ ਸਦੀ ਤੋਂ ਲੈ ਕੇ ਅਤੇ 20ਵੀਂ ਸਦੀ ਤੀਕਰ ਇਹਦੀ ਕਲਾਸਿਕ ਮੁੱਕਦੀ ਨਹੀਂ, ਔਰ ਕੋਈ ਪਿੰਡ ਖਾਲੀ ਨਹੀਂ ਜਿੱਥੇ ਕਿਤਾਬ ਨਹੀਂ ਲਿਖੀ ਗਈ, ਸ਼ਾਇਰ ਨਹੀਂ ਹੋਏ। ਉਹ ਤਾਂ ਬਹੁਤ ਵੱਡਾ ਸਾਡਾ ਖਜ਼ਾਨਾ ਹੈ ਔਰ ਉਹ ਵਿਰਸਾ ਹੈ ਸਾਡਾ, ਲੇਕਿਨ ਜਿਹੜਾ ਪੰਜਾਬੀ ਨਾਲ ਹੋਇਆ ਕੰਮ, ਪੰਜਾਬੀ ਨਾਲ ਤਰਾਅ ਹੋਇਆ ਕਿ ਬਾਵਜੂਦ ਸਾਡੀ ਬੇਸਿਕ ਲੈਂਗੁਏਜ ਹੋਣ ਦੇ, ਸਾਡੇ ਉੱਤੇ ਜਿਹੜਾ ਕਲੋਨੀਅਲਿਜ਼ਮ ਆਇਆ, ਅੰਗਰੇਜ਼ ਰਾਜ ਬਣਿਆ, ਤਾਂ ਅੰਗਰੇਜ਼ ਰਾਜ ਨੇ ਸਾਡੀ ਜ਼ਬਾਨ ਨੂੰ ਪੜ੍ਹਾਈ ਲਿਖਾਈ ਦੇ ਵਿੱਚ ਨਹੀਂ ਆਉਣ ਦਿੱਤਾ, ਉਹਦੀ ਥਾਵੇਂ ਪਰਾਈ ਬੋਲੀ ਜਿਹੜੀ ਹੈ ਦੂਜੀ ਥਾਂ ਲਿਆ ਕੇ ਉਹ ਸਾਡੇ 'ਤੇ ਲਾਗੂ ਕਰ ਦਿੱਤੀ, ਜਿਹੜੇ ਕਿ ਉਹਦੇ
ਮੁਲਾਜ਼ਮਾਂ ਦੀ ਬੋਲੀ ਸੀ, ਉਹਦੇ ਅਹਿਲਕਾਰਾਂ ਦੀ ਬੋਲੀ ਸੀ, ਔਰ ਜਿਹਨਾਂ ਨਾਲ ਅੰਗਰੇਜ਼ਾਂ ਨੇ ਵੇਲਾ ਗੁਜ਼ਾਰਿਆ ਸੀ UPCP ਦੇ ਇਲਾਕੇ 'ਚ, ਅਤੇ ਉਸ ਬੋਲੀ ਨੂੰ ਇੱਥੇ ਚਾਲੂ ਕਰ ਦਿੱਤਾ ਗਿਆ ਔਰ ਨਾਲ ਰੰਗ ਜਿਹੜੇ ਨੇ ਮਜ਼ਹਬੀ ਰੰਗ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਫਿਰ ਵੀ ਪੰਜਾਬੀ ਵਸੋਂ ਜਿਹੜੀ ਹੈ, ਪੰਜਾਬੀ ਵਸੋਂ ਸੌਖੀ ਆਪਣੀ ਬੋਲੀ ਰਾਹੀਂ ਆਉਂਦੀ ਹੈ। ਇਹ ਜਿਹੜਾ ਸਾਨੂੰ ਨਜ਼ਰ ਆਉਂਦਾ ਨਾ ਕਿ ਉਰਦੂ ਬੋਲਣ ਵਾਲੇ ਨੇ, ਤੁਸੀਂ ਦੇਖੋ ਬੜੀ ਦੁਨੀਆ ਸਾਡੀ ਉਰਦੂ ਬੋਲਦੀ ਹੈ, ਪਏ ਉਹਨਾਂ ਕੋਲ ਬੋਲੀ ਤਾਂ ਜਾਂਦੀ ਨੇ, ਉਹ ਸਾਹ ਫੜੇ ਜਾਂਦੇ ਨੇ ਔਰ ਉਹ ਇੱਕ ਸਮਝ ਲਓ ਇਮੀਟੇਟ ਕਰ ਰਿਹਾ ਹੁੰਦਾ, ਕੋਸ਼ਿਸ਼ ਕਰਦੇ ਨੇ ਕਿ ਉਹ ਲੱਗਣ ਵੀ ਜੋ ਹੈ ਨੇ ਉਹ ਨਹੀਂ ਹੈ। ਤੋ ਇਹ ਕੋਸ਼ਿਸ਼ ਕਰਦੇ ਆ ਬੰਦਾ ਕਿ ਨਹੀਂ ਕੋਈ ਕਾਮਯਾਬ ਹੋ ਸਕਦੀ ਕੋਸ਼ਿਸ਼, ਕਿ ਜੋ ਤੁਸੀਂ ਹੈ ਵੋ ਇਹਨੂੰ ਤੁਸੀਂ ਲੁਕਾਉਣਾ ਚਾਹੋ ਤਾਂ ਇਹ ਤਾਂ ਲੁਕਾਇਆ ਨਹੀਂ ਲੁਕਦਾ, ਇਹ ਤਾਂ ਤੁਹਾਡੇ ਕਿਸੇ ਨਾ ਕਿਸੇ ਲਫ਼ਜ਼ ਰਾਹੀਂ, ਤੁਹਾਡੀ ਕਿਸੇ ਨਾ ਕਿਸੇ ਹਰਕਤ ਰਾਹੀਂ ਸਭ ਪਤਾ ਲੱਗ ਜਾਣਾ। ਕੁਝ ਲਫ਼ਜ਼ਾਂ ਦੀ ਅਦਾਇਗੀ ਅਸੀਂ ਜੋ ਬੰਦੇ ਦੀ ਲੈਂਗੁਏਜ ਆਪਣੀ ਹੁੰਦੀ ਹੈ ਬੋਲੀ, ਬੰਦਾ ਜਿੰਨਾ ਸੌਖਾ ਉਹਨੂੰ ਬੋਲ ਸਕਦਾ, ਜਿੰਨੀ ਈਜ਼ ਉਹਦੇ 'ਚ ਲੈ ਸਕਦਾ, ਉਹ ਪੜ੍ਹਾਈ ਲਿਖਾਈ ਰਾਹੀਂ ਸੋਟੀਆਂ ਖਾ ਕੇ ਟੀਚਰਾਂ ਕੋਲ ਕੰਨ ਫੜ ਕੇ ਕਿ ਹੋਰ ਕਈ ਤਰ੍ਹਾਂ ਦੇ ਜਿਹੜੇ ਪੜ੍ਹਾਈ ਦਾ ਸਾਡਾ ਤੌਰ ਤਰੀਕਾ ਰਿਹਾ, ਹੁਣ ਕੋਈ ਥੋੜ੍ਹਾ ਫਰਕ ਪਿਆ, ਲੇਕਿਨ ਆਮ ਸਕੂਲਾਂ ਦੇ ਵਿੱਚ ਤਾਂ ਪਨਿਸ਼ਮੈਂਟ ਦੇ ਨਾਲ ਹੀ ਪੜ੍ਹਾਇਆ ਜਾਂਦਾ ਸੀ। ਉਹ ਜਿਹੜੀ ਸਿੱਖੀ ਬੋਲੀ ਹੁੰਦੀ ਹੈ ਨਾ, ਉਹ ਕਦੀ ਵੀ ਅਸਲ ਬੋਲੀ ਦੀ ਥਾਂ ਨਹੀਂ ਲੈ ਸਕਦੀ ਬੰਦੇ ਦੇ ਅੰਦਰ। ਹਾਂਜੀ, ਤਾਂ ਇਸ ਵਾਸਤੇ ਉਹ ਜਿੰਨਾ ਵੀ ਯਤਨ ਕੀਤਾ ਜਾਂਦਾ, ਅੰਗਰੇਜ਼ੀ ਸਾਡਿਆਂ ਨੂੰ ਨਹੀਂ ਆ ਸਕੀ, ਇਸ ਵਾਸਤੇ ਨਹੀਂ ਆਈ ਕਿ ਪਹਿਲਾਂ ਉਰਦੂ ਆਉਣੀ ਚਾਹੀਦੀ। ਉਰਦੂ ਆਏਗੀ ਤਾਂ ਫਿਰ ਉਰਦੂ ਫਿਕਰਾ ਪਹਿਲਾਂ ਬਣਾਉਂਦੇ ਨੇ, ਸੋਚਿਆ ਜਾਂਦਾ ਫਿਕਰਾ ਪੰਜਾਬੀ 'ਚ ਬਹੁਤ ਜਾਂਦਾ ਹੈ, ਅਤੇ ਉਹਨੂੰ ਇਹ ਨਹੀਂ ਕਹਿਣ ਦਿੰਦੇ ਉਹ ਜਾਂਦਾ, ਉਹ ਬਣਾ ਕੇ ਉਰਦੂ ਦੇ ਵਿੱਚ ਪਹਿਲਾਂ ਅਤੇ ਫਿਰ ਉਹਦੀ ਟਰਾਂਸਲੇਸ਼ਨ ਕਰਨੀ, ਅਤੇ ਫਿਰ ਉਹ ਜਨਾਬ ਕਰਨ ਦਾ ਯਤਨ ਜਿਹੜਾ ਉਹ ਤ੍ਰੈ ਬੋਲੀਆਂ 'ਚੋਂ ਲੰਘ ਕੇ ਅਤੇ ਖਾਮ ਖਾ ਦੀ ਖੇਚਲ, ਉਹ ਜਿੰਨੀ ਖੇਚਲ ਘੱਟ ਹੋਵੇ ਨਾ ਬੰਦੇ ਲਈ, ਓਨਾ ਹੀ ਬੰਦੇ ਨੂੰ ਦਸਤਰਸ ਹੁੰਦੀ ਹੈ ਆਪਣੀ ਗੱਲ ਦੇ ਸੋਚਣ 'ਚ, ਆਪਣੀ ਗੱਲ ਦੇ ਬਿਆਨ ਕਰਨ 'ਚ, ਹੁੰਦਾ ਉਹਨੂੰ ਐਕਸਪ੍ਰੈਸ ਕਿਵੇਂ ਕਰਨਾ ਔਰ ਦੂਸਰੇ ਤੀਕਰ ਕਿਵੇਂ ਪਹੁੰਚਾਉਣੀ ਗੱਲ, ਉਹ ਇੱਕ ਜਿਹੜਾ ਨੈਚੁਰਲ ਫਲੋ ਹੁੰਦਾ ਉਹ ਸਿੱਖੀ ਬੋਲੀ ਦੇ 'ਚ ਨਹੀਂ ਆ ਸਕਦਾ। ਉਹ ਕੌਨਸ਼ੀਅਸ ਹੀ ਰਹਿਣਾ ਪੈਂਦਾ ਕਿ ਮੈਂ ਪਤਾ ਨਹੀਂ ਇੱਥੇ ਕੋਈ ਮੁਅੰਨਸ ਦਾ ਮੁਜ਼ਕਰ ਨਾ ਕਰ ਜਾ, ਮੁਜ਼ਕਰ ਦਾ ਮੁਅੰਨਸ ਨਾ ਹੋ ਜਾਏ, ਜਮ੍ਹਾਂ ਦੀ ਥਾਂ ਦੇ ਉੱਤੇ ਬਾਅਦ ਦਾ ਸੀਗਾ ਨਾ ਲੱਗ ਜਾਏ, ਇਹ ਪਤਾ ਨਹੀਂ ਅਦਬ ਨਾਲ ਬੁਲਾਉਣਾ ਸੀ ਕਿਵੇਂ ਬੁਲਾਉਣਾ, ਇਹ ਮਸਲਾ ਰਹਿੰਦਾ। ਤਾਂ ਸੋ ਪੰਜਾਬੀ ਦੇ 'ਚ ਅਸੀਂ ਸੌਖੇ ਹਾਂ, ਸਾਡੇ ਬੱਚੇ ਪੰਜਾਬੀ ਸੌਖੇ ਨੇ, ਲੇਕਿਨ ਜੇ ਉਹਨਾਂ ਨੂੰ ਪੰਜਾਬੀ 'ਚ ਪੜ੍ਹਾਇਆ ਲਿਖਾਇਆ ਜਾਏ, ਇਹ ਦੁਨੀਆ ਦਾ ਮੰਨਿਆ ਪਰਮੰਨਿਆ ਅਸੂਲ ਹੈ ਕਿ ਬਾਲਾਂ ਨੂੰ ਉਸੇ ਜ਼ਬਾਨ 'ਚ ਪੜ੍ਹਾਉਣਾ ਚਾਹੀਦਾ ਜਿਹੜੀ ਕਿ ਉਹਨਾਂ ਦੀ ਮਦਰ ਟੰਗ ਹੁੰਦੀ, ਜਿਹੜੀ ਮਾਂ ਬੋਲੀ ਹੁੰਦੀ ਹੈ, ਉਸ ਦੇ ਵਿੱਚ ਹੀ ਉਹ ਜ਼ਿਆਦਾ ਸੌਖੇ ਰਹਿੰਦੇ ਨੇ ਔਰ ਜ਼ਿਆਦਾ ਛੇਤੀ ਸਿੱਖ ਸਕਦੇ ਨੇ। ਉਹਦੀ ਵਜ੍ਹਾ ਹੈਗੀ ਹੈ ਕਿ ਜਿਸਲੇ ਬੱਚਾ ਜਨਮ ਲੈਂਦਾ, ਹੋਸ਼ 'ਚ ਆਉਂਦਾ, ਮਾੜਾ ਮਾੜਾ ਲਫ਼ਜ਼ ਸਿੱਖਣੇ ਸ਼ੁਰੂ ਕਰਦਾ, ਤਾਂ ਉਹਦੇ ਆਲੇ ਦੁਆਲੇ 'ਤੇ ਆਪਣੀ ਬੋਲੀ ਹੁੰਦੀ ਹੈ, ਉਹ ਆਲੇ ਦੁਆਲਾ ਕੋਈ ਜਿਹੜਾ ਪੰਜਾਬ ਦਾ ਆਲੇ ਦੁਆਲਾ ਤੋਂ ਤਾਂ ਪੰਜਾਬ ਦਾ ਹੀ ਹੈ, ਅਤੇ ਉਹ ਸਾਡੀਆਂ ਚਲੋ ਜੇ ਮਾਵਾਂ ਸਾਡੀਆਂ ਜਿਹੜੀਆਂ ਨੇ ਹੁਣ ਮਾਡਰਨ ਮਾਵਾਂ ਨੇ, ਉਹ ਵਿਚਾਰੀਆਂ ਭਲੀਆਂ ਬੰਦਿਆਂ ਆਪਣਿਆਂ ਤੋਂ ਡਰਦੀਆਂ ਹੀ ਆ, ਬੱਚਿਆਂ ਦੀ ਤਰਬੀਅਤ ਠੀਕ ਕਰਨ ਦੇ ਚੱਕਰ 'ਚ ਉਰਦੂ ਵਿਚਾਰੀਆਂ ਸਿੱਧੀ ਕਰਦੀਆਂ ਨੇ, ਫਿਰ ਵੀ ਘਰ ਦੇ 'ਚ ਨਾਨੀਆਂ ਦਾਦੀਆਂ ਪੁੱਫੀਆਂ ਮਾਸੀਆਂ ਵਡੇਰੇ ਜੀ ਉਹ ਬੱਚੇ ਨਾਲ ਕਿਧਰੇ ਵੀ ਉਰਦੂ ਨਹੀਂ ਬੋਲਦੇ, ਉਹ ਕਹਿਣਗੇ ਪੁੱਤਰ ਇਹ ਫਲਾਣੀ ਸ਼ਹਿਬ ਇਸ ਤਰ੍ਹਾਂ, ਹਾਂ ਪਾਣੀ ਪਾਣੀ ਕੀਦਾ, ਕਾਂ ਏ ਚਿੜੀ ਏ, ਉਹ ਸਾਰੀਆਂ ਸ਼ੈਵਾਂ ਇੰਟਰੋਡਿਊਸ ਕਰਾਉਂਦੇ ਨੇ ਆਪਣੀ ਬੋਲੀ ਰਾਹੀਂ, ਔਰ ਆਪਣੀ ਬੋਲੀ ਦੇ ਵਿੱਚ ਬੱਚੇ ਨੂੰ ਉਹਨਾਂ ਚੀਜ਼ਾਂ ਦੀ ਛੇਤੀ ਸਮਝ ਆਉਂਦੀ। ਮਤਲਬ ਕਾਂ ਜਿਸ ਲਈ ਕਿਹਾ ਜਾਂਦਾ, ਤਾਂ ਨਾਲ ਹੀ ਕਾਂ ਜਿਹੜਾ ਉਹ ਕਾਂ ਕਾਂ ਕਰਕੇ ਬੋਲਦਾ, ਉਹ ਪਤਾ ਲੱਗ ਜਾਂਦਾ ਕਿ ਜਿਹੜੀ ਸ਼ਹਿਰ ਕਾਂ ਕਾਂ ਕਰਕੇ ਬੋਲੇ ਪਰਿੰਦਾ ਜਿਹੜਾ ਉਹ ਕਾਂ ਹੁੰਦਾ, ਚਿੜੀ ਜਿਹੜੀ ਹੈ ਚਿੜੀ ਦੀ ਆਵਾਜ਼ ਦੀ ਸੁਣਾ, ਉਹ ਇੰਨੀ ਵੋਕੈਬਲਰੀ ਬੱਚੇ ਦੇ ਕੋਲ ਆ ਜਾਂਦੀ ਹੈ, ਜਿੱਥੇ ਉਹ ਮਾਂ ਦੇ ਪੇਟ 'ਚ ਹੁੰਦਾ ਤਾਂ ਉਹਨੂੰ ਵੋਕੈਬਲਰੀ ਉਹਦੇ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜੀ ਸਾਰੀ ਉਹਦੀ ਵਾਈਬ੍ਰੇਸ਼ਨ ਹੈ, ਸਾਊਂਡ ਵਾਈਬ੍ਰੇਸ਼ਨ, ਉਹ ਸਾਰੀ ਸੁਣਦਾ ਬੱਚਾ, ਫਿਰ ਉਹਦਾ ਜਨਮ ਹੁੰਦਾ, ਫਿਰ ਉਸੇ ਵਿਹੜੇ 'ਚ ਉਹਨੇ ਖੇਡਣਾ ਮਲਣਾ, ਅਤੇ ਉਹ ਜਿਹੜੀ ਬੋਲੀ ਉਹਨੂੰ ਆਲੇ ਦੁਆਲੇ 'ਚੋਂ ਪਹਿਲੀ ਬੋਲੀ ਦੇ ਤੌਰ ਦੇ ਉੱਤੇ ਮਿਲਦੀ ਹੈ, ਉਹ ਉਹਦੇ ਵਾਸਤੇ
ਆਲ ਦੁਆਲੇ ਨੂੰ ਸਮਝਣ ਦਾ ਇਲਮ ਕੀ ਹੈ? ਇਲਮ ਆਲ ਦੁਆਲਾ, ਆਲ ਦੁਆਲੇ ਨੂੰ ਜਾਣਨਾ, ਆਲ ਦੁਆਲੇ ਦੇ ਨਾਲ ਸਾਡੀ ਆਪਣੀ ਰਿਲੇਸ਼ਨਸ਼ਿਪ ਕੀ, ਸਾਡਾ ਰਿਸ਼ਤਾ ਔਰ ਸਾਂਗਾ ਕੀ ਹੈ ਆਪਣੇ ਆਲ ਦੁਆਲੇ ਨਾਲ? ਰੁੱਖ ਨੇ, ਕੰਧਾਂ ਨੇ, ਘਰ ਨੇ, ਚੀਜ਼ਾਂ ਨੇ, ਪਾਣੀ, ਰੋਟੀ, ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀ ਜਾਣ ਪਛਾਣ ਹੁੰਦੀ, ਇਹ ਬੁਨਿਆਦੀ ਇਲਮ ਹੈ। ਔਰ ਇਹਦੇ ਬੁਨਿਆਦੀ ਲਫਜ਼ ਜਿਹੜੇ ਨੇ, ਉਹ ਬਾਲ ਆਪਣੀਆਂ ਆਪਣੇ ਵਿਹੜੇ 'ਚੋਂ ਆਪਣੀਆਂ ਜੀਆਂ ਕੋਲੋਂ ਬੋਲਣਾ ਸਿੱਖਦੇ ਨੇ ਉਹਨਾਂ ਲਫਜ਼ਾਂ ਨੂੰ, ਅਤੇ ਉਹ ਉਹਨਾਂ ਦੀ ਬੁਨਿਆਦੀ ਸਮਝ ਲਓ ਵੀ ਲਫਜ਼ ਭੰਡਾਰ ਹੁੰਦਾ ਜਿਹਦੇ ਨਾਲ ਉਹ ਅੱਗੇ ਵੱਧ ਸਕਦੇ। ਸਰ, ਵਾਹ ਵਾਹ ਲੋਕ ਪੇ ਕੰਮ ਕਰਦੇ ਨੇ ਪੰਜਾਬੀ ਵਾਸਤੇ, ਪੰਜਾਬੀ ਦੇ ਵਧਾਅ ਵਾਸਤੇ, ਤੁਹਾਨੂੰ ਕੀ ਲੱਗਦਾ ਕਦੀ ਇਹ ਕੌਮੀ ਜ਼ੁਬਾਨ ਬਣ ਸਕੇਗੀ? ਇਹ ਜ਼ੁਬਾਨ ਹੈ ਜੀ, ਆਲਰੇਡੀ ਜ਼ੁਬਾਨ ਹੈ। ਦਰਜਾ ਮਿਲ ਸਕੇਗਾ ਇਹਨੂੰ ਕੌਮੀ ਜ਼ੁਬਾਨ ਦਾ? ਇਹਨੂੰ ਦੇਣਾ ਪਏਗਾ ਜੀ, ਨਹੀਂ ਦੇਣਗੇ ਤਾਂ ਉਹਦੇ ਨਾਲ ਦੇਖੋ ਨੁਕਸਾਨ ਕਿੰਦਾ ਹੋ ਰਿਹਾ। ਮਿਸਾਲ ਦੇ ਤੌਰ 'ਤੇ ਪੰਜਾਬੀ, ਪੰਜਾਬ ਐਡਾ ਵੱਡਾ ਹੈ, ਭਾਵੇਂ ਤਕਸੀਮ ਹੋ ਗਿਆ, ਵੰਡਿਆ ਗਿਆ, ਇੱਕ ਟੋਟਾ ਹੁੰਦਾ ਪਰਲੇ ਪਾਸੇ ਰਹਿ ਗਿਆ, ਵੱਡਾ ਹਿੱਸਾ ਇੱਧਰ ਆ ਗਿਆ, ਉਸ ਟੋਟੇ ਦੇ ਵੀ ਦੋ ਕੁ ਤਿੰਨ ਟੋਟੇ ਅਗਲਿਆਂ ਕਰ ਦਿੱਤੇ ਨੇ। ਇਸ ਦੇ ਬਾਵਜੂਦ ਇਹਦੀ ਹੱਦ ਜਿਹੜੀ ਹੈ ਲੰਮੀ ਚੌੜੀ ਹੱਦ, ਔਰ ਇਸ ਦੇ ਵਿੱਚ ਜਿਹਨੂੰ ਪੰਜਾਬੀ ਕਹਿੰਦੇ ਹਾਂ, ਪੰਜਾਬੀ ਦੇ ਅੰਦਰ ਇਤਨੀਆਂ ਦੂਸਰੀਆਂ ਛੋਟੀਆਂ ਬੋਲੀਆਂ ਨੇ, ਪੰਜਾਬੀ ਦੇ ਅੰਗ ਨੇ ਜਿਹੜੇ, ਉਹ ਸਾਰੀਆਂ ਰਲ ਕੇ ਪੰਜਾਬੀ ਇੱਕ ਬਹੁਤ ਸਾਰੀਆਂ ਬੋਲੀਆਂ ਦੀ ਜਿਹੜੀ ਕਹਿਣਾ ਚਾਹੀਦਾ ਉਹਨਾਂ ਦੀ ਕਲੈਕਸ਼ਨ ਹੈ ਜਿਹੜੀ, ਉਸ ਦਾ ਨਾਂ ਪੰਜਾਬੀ ਹੈ। ਟੋਟਲ ਲੈਂਗੁਏਜ ਨੂੰ ਕਿਹਾ ਜਾਂਦਾ ਪੰਜਾਬੀ, ਤੋਂ ਪੰਜਾਬੀ ਜਿਹੜੀ ਹੈ ਬੋਲੀ ਅਸੀਂ ਇਸ ਵਾਸਤੇ ਕਹਿੰਦੇ ਹਾਂ ਕਿ ਸਾਡੇ ਕੋਲ ਜ਼ਬਾਨ ਦਾ ਜਿਹੜਾ ਮੁਤਬਾਦਲ ਲਫ਼ਜ਼ ਸੀ ਉਹ ਬੋਲੀ ਹੈ। ਜ਼ਬਾਨ ਤਾਂ ਜਿਬ ਨੂੰ ਕਹੀਦਾ। ਹੁਣ ਬੰਦਾ ਕਵੇ ਜੀ ਇਹ ਜ਼ਬਾਨ ਬਹੁਤ ਬੜੀ ਹੈ, ਕੀ ਮਤਲਬ ਹੈ? ਅਸੀਂ ਜੇ ਉਹਦਾ ਪੰਜਾਬੀ ਤਰਜਮਾ ਕਰੀਏ ਤਾਂ ਇਹਦੀ ਜਿਬ ਬਹੁਤ ਵੱਡੀ। ਸਾਡੇ ਕੋਲ ਪੱਕਾ ਠੁਕਵਾਂ ਲਫ਼ਜ਼ ਜਿਹੜਾ ਹੈ ਲੈਂਗੁਏਜ ਵਾਸਤੇ ਉਹ ਬੋਲੀ ਹੀ ਹੈ, ਅਤੇ ਜਿਹੜੀਆਂ ਇਹਦੇ ਨਾਲ ਜੁੜਦੀਆਂ ਨੇ ਉਹਨਾਂ ਨੂੰ ਵੀ ਅਸੀਂ ਬੋਲੀਆਂ ਵੀ ਕਹਿੰਦੇ ਹਾਂ ਅਤੇ ਬੋਲੜੀਆਂ ਵੀ ਕਹਿ ਲੈਂਦੇ ਹਾਂ। ਅਤੇ ਪੰਜਾਬੀ ਅਗਰ ਨਹੀਂ ਆਏਗੀ, ਔਰ ਜਿਹੜੀ ਨਹੀਂ ਆਈ, 70 ਸਾਲ ਇਹਨਾਂ ਨੇ ਗੁਜ਼ਾਰ ਦਿੱਤੇ ਨੇ, ਅਤੇ ਉਹਦੇ ਨਾਲ ਨੁਕਸਾਨ ਕਿੰਦਾ ਹੋਇਆ? ਨੁਕਸਾਨ ਕੌਮੀ ਨੁਕਸਾਨ ਹੈ ਕਿ ਐਡਾ ਵੱਡਾ ਇਲਾਕਾ, ਐਡਾ ਵੱਡਾ ਸੂਬਾ, ਐਡੀ ਵੱਡੀ ਬੋਲੀ, ਉਹਦੀ ਟ੍ਰੈਡੀਸ਼ਨ ਐਡੀ ਵੱਡੀ, ਲਿਟਰੇਚਰ ਉਹਦਾ ਇਤਨਾ ਜ਼ਿਆਦਾ ਤਗੜਾ ਕਿ ਦੁਨੀਆਂ ਦੇ ਲਿਟਰੇਚਰ ਦੀਆਂ ਰੀਤਾਂ ਜਿਹੜੀਆਂ ਤਗੜੀਆਂ ਰੀਤਾਂ ਨੇ ਉਹਨਾਂ ਦੇ ਵਿੱਚੋਂ ਇੱਕ ਰੀਤ ਜਿਹੜੀ ਉਹ ਪੰਜਾਬੀ ਲਿਟਰੇਚਰ ਦੀ। ਜਿਸ ਤਰ੍ਹਾਂ ਮੈਂ 11ਵੀਂ 12ਵੀਂ ਸਦੀ ਦਾ ਨਾਂ ਲਿਆ ਕਿ ਫਰੀਦ ਸਾਹਿਬ ਉਸ ਵੇਲੇ ਲਿਖ ਰਿਹਾ, ਜੋ ਅਜੇ ਅੰਗਰੇਜ਼ਾਂ ਨੇ ਅੱਖਾਂ ਨੇ ਸਨ ਖੋਲੀਆਂ ਜਿਸ ਵੇਲੇ ਦੀ ਇੱਥੇ ਇਹ ਲੈਂਗੁਏਜ ਕੰਮ ਵੀ ਕਰਦੀ। ਅਤੇ ਨੁਕਸਾਨ ਜਿਹੜਾ ਹੁੰਦਾ ਉਹ ਕੌਮੀ ਪੱਧਰ ਦਾ ਹੁੰਦਾ ਹੈ, ਉਹ ਸਾਡੀ ਬੋਲੀ ਅਗਰ ਵਿੱਚੋਂ ਵਸਾਰ ਦਿੱਤੀ ਨੇ ਤਾਂ ਉਹਦੇ ਨਾਲ ਹੋਇਆ ਕੀ? ਨਾ ਸਾਨੂੰ ਉਰਦੂ ਆਈ, ਨਾ ਸਾਨੂੰ ਅੰਗਰੇਜ਼ੀ ਆਈ, ਆਪਣੀ ਵੱਲੋਂ ਸਾਨੂੰ ਵੈਸੇ ਹੀ ਅਗਲਿਆਂ ਨੇ ਕਿਹਾ ਤੂੰ ਬਚੋ ਵੀ, ਉਹ ਬਚੋ ਤਾਂ ਕਰ ਦਿੱਤਾ ਜੇ, ਪਰ ਬਚ ਕੌਣ ਸਕਦਾ? ਉਹ ਜਦੋਂ ਵੀ ਕਿਸੇ ਨੇ ਸੌਖੇ ਆਉਣਾ, ਮਸਲਨ ਭੈੜੇ ਚੰਗੇ ਲਫ਼ਜ਼ ਜਿਸ ਵੇਲੇ ਕੋਈ ਬੰਦਾ ਬੋਲਦਾ ਜਾਂ ਹੱਸਦਾ ਖੇਡਦਾ ਜਾਂ ਜੋਕ ਸੁਣਾਉਂਦਾ, ਲਤੀਫੇ ਸੁਣਾਉਂਦਾ, ਮਾਹੌਲ ਕਰਦਾ, ਉਹ ਮਾਹੌਲ ਉਹਨੂੰ ਕਿਸੇ ਦੂਜੀ ਬੋਲੀ 'ਚ ਆ ਹੀ ਨਹੀਂ ਸਕਦਾ। ਉਹ ਜਿੰਨਾ ਮਰਜ਼ੀ ਕਰ ਲਵੇ, ਨਾ ਉਹਦੀ ਅੰਗਰੇਜ਼ੀ ਉਨੀ ਹੋਣੀ ਕਿ ਉਹਦੇ 'ਚ ਹਾਸੇ ਵਾਲੀ ਗੱਲ ਕਰ ਸਕੇ, ਨਾ ਉਰਦੂ ਉਸ ਤਰ੍ਹਾਂ ਦੀ। ਹੁਣ ਇਹ ਖਿਆਲ ਹੈਗਾ ਜੀ ਉਰਦੂ 'ਚ ਸ਼ਾਇਦ ਗਾਲ ਹੀ ਨਹੀਂ ਹੁੰਦੀ, ਅਤੇ ਜਿਸ ਬੋਲੀ 'ਚ ਗਾਲ ਨਹੀਂ ਹੁੰਦੀ ਤਾਂ ਉਹ ਬੋਲੀ ਹੀ ਨਹੀਂ ਹੁੰਦੀ। ਇਸ ਵਾਸਤੇ ਕਿ ਅਰਬੀ ਸ਼ਰੀਫ ਵਰਗੀ ਜ਼ਬਾਨ ਜਿਹੜੀ ਹੈ, ਬੋਲੀ ਜਿਹੜੀ ਵੱਡਾ ਖਜ਼ਾਨਾ ਹੈ, ਉਹ ਆਪਣੇ ਤੌਰ ਦੇ ਉਹਦੇ 'ਚ ਵੀ ਇੱਕ ਇੱਕ ਗੱਲ ਵਾਸਤੇ ਹੋਰ ਕਿੰਨੇ ਕਿੰਨੇ ਲਫ਼ਜ਼। ਇਸੇ ਤਰ੍ਹਾਂ ਪੰਜਾਬੀ 'ਚ ਜਿਸ ਵੇਲੇ ਐਡੀ ਵੱਡੀ ਬੋਲੀ ਨੂੰ ਔਰ ਉਹਦੇ 'ਚ ਰਚੀ ਵਸੀ ਹਲਕਤ, ਉਹਦਾ ਕਲਚਰ ਜਿਹੜਾ, ਉਸ ਲੈਂਗੁਏਜ ਬੁਨਿਆਦ ਹੁੰਦੀ ਕਲਚਰ ਦੀ, ਰਹਿਣ ਸਹਿਣ ਉਹਦੇ ਤਹਿਤ ਹੁੰਦਾ, ਅਗਰ ਉਹਨੂੰ ਰੋਕਿਆ ਜਾਂਦਾ ਔਰ ਹੱਦ ਲਾਈ ਜਾਂਦੀ, ਤਾਂ ਇਹਦਾ ਮਤਲਬ ਹੈ ਤੁਸੀਂ ਕੌਮੀ ਸਤ੍ਹਾ ਦੇ ਉੱਤੇ ਇੰਨੀ ਵੱਡੀ ਮੈਜੋਰਿਟੀ ਜਿਹੜੀ ਹੈ ਉਹਦੇ ਜ਼ਬਾਨ, ਉਹਦੇ ਦਿਮਾਗ ਉੱਤੇ ਰੋਕ ਲਾ ਦਿੱਤੀ, ਔਰ ਉਹਨੂੰ ਤੁਸੀਂ ਆਪਣੇ ਬਾਰੇ 'ਚ ਅਣਜਾਣ ਕਰ ਦਿੱਤਾ। ਹੁਣ ਸਾਡੇ ਜਿਹੜੇ ਬੰਦੇ ਪੰਜਾਬੀ ਛੱਡ ਚੁੱਕੇ ਨੇ, ਜਾਂਦੀ ਨਹੀਂ ਉਹ,
कोशिश करते ने भी साडा इहदे नाल कोई नाता नहीं, रिश्ता नहीं, असीं तां कोई खास मखलूक हाँ। विकास मखलूक आदि इसे पंजाब की धरती चू जमे इतों ही उगे जी, इतों के ही गंढे खाते जी, इतों के ही आटा पीसिया आया और उस जटाली का किया काम वह ही बेचारे खलकत जी है कम करके तुम दे जींद वो सारा काम तो पंजाबी होंगे। पंजाबी खाते पीते हो लेकिन जिसल बोलन लगते उन्होंने उर्दू करने की कोशिश करते, वो उर्दू होंगी ने, उर्दू च इन्नी दुनिया फेल होंगी, अंग्रेजी सारी दुनिया फेल होंगी। तुम साढ़े इंटरमीडिएट के या जड़े भी हैं ने दर्जे पढ़ाई के उन्होंने सालाना रिजल्ट तुम देख लो कि सबजैक्टा च सारी कौम फसी गई, ना उर्दू च कोई पास होंगे, लम्बिया लिस्टा लगिया होंगे ने फेल, लम्बिया ही लिस्टा ने अंग्रेजी, अंग्रेजी आई नहीं, किस तरह आप अपनी जी आती है जी तुम सौखिया बोल सकते जे वो तुम उन्होंने ना पढ़ाई का वसीला बनाया ना उन्होंने पढ़े है ना उन्होंने लिखना आता जे पी एच डी कर रहे जे तो तुम्हें कहा जाए भी अपनी बोली का एक लफज लिखते आ जा क्या हाँ भी पंछी जड़े ने उठते पैन ये तू लिख नहीं सकता तो फिर तू की पढ़े जड़ी तेरी मदर टंग जड़ी तेरी अपनी बोली जड़ी तेन पीढ़ियाँ तू मिली हुई है तेरे खून तेरे तुहमे च वो बोली का तो तू एक लफज नहीं लिख सकता जी सर। लेकिन एक मसला यह भी है ना कि जो पंजाबी बोलते ने हूँ साड़ी सोसाइटी ने टैबू समझा जाता है, मतलब हाई क्लास से जाओ हाई सोसाइटी से जाओ बच्चे भी अवॉइड करते हैं, पेरेंट्स भी अवॉइड करते हैं कि नहीं पंजाबी नहीं बोलनी है, पेंडू है, पेंडू है जिहड़ा पंजाबी बोलता है, तो तुहानू नहीं लगता तद वास्ते भी लोग अवॉइड करते हैं कि नहीं? ये कंपलैक्स है ना जी। हाँ जी, पेंडू तो शहरी की वंड की वंड ही जहलाना है इस वास्ते कि जिस बंदे दे पिछे पिंड नहीं हैगा वो तो बंदा बेघर है, उनका तो घर ही कोई नहीं, पिंड पिछे होना इस गल की निशानी होंदी है कि इंदा कोई अगा पिछा है जी। जिनी वसों है तुसी इनू सारी नू पड़चोल के वेख लो सारे दसणगे अजी पिछों असी फलानी थां दे। हाँ जी, जे वो नहीं दसदे बल्कि उतों का भी पता लग जाता है जितों उन्होंने व्डे छड़ के आए हैं, मिसाल के तौर के उत्ते लैलपुर तक बंदा नवी नसल है वो जिस वेले भी उर्दू बोले अंग्रेजी बोलन की कोशिश करे उर्दू की भी कोशिश ही करता बेचारा, तो जिस वेले भी बोलता वो बंदा साढ़े वर्गा पछाण लैंदा पिछों हुशियारपुर दा तो नहीं जे जी, वो जी तुसा किवें बुझले है, उस इसलिए बुझले है कि जड़ी असल बोली और इलाका और बोली बंदे दी हस्ती थां उनका आल दुआला और उनकी बोली उनका एक समझ लो रिफ्लैक्शन है उनके उस रिश्ते का, वो फौरन उनके इलाके का पता लगता है उनकी शिनाख्त का। हर बंदा किसी ना किसी पिंड नाल जुड़िया है, पिंड तो ही आए ने सारे, शहर की बसों किन्नी होंदी सी, शहर तो पिंडां तो बने जी। और हुण भी जो चीज़ वस्त है जो साड़ा खाण पीण है जो रिजक है जो रिजक दे जरिए ने सारे की बुनियाद तो पिंड जी सर। सो पिंड दा और शहर दा ये जड़ा बनाया गया है बड़ा जाली जिहा है और ये इस तरह दे इंदी उस तरह की वैल्यू नहीं है, इंदे च एक पेंडुआ दे मुकाबले च शहरियां दा एहसास कमतरी है जड़ा वो अगले नूं पेंडू कह के तो अपना आप बचा लै। हाँ, तो असल च पिंड शहर एक ही शहर है, पंजाब जड़ा है वो सारी दुनिया दे च भी अमरीका बरतानिया लै लो उ तो जिनी आबादी तुम वेख रहे जो जे वलैत तुम टुर जाओ तो गोरे नज़र ही नहीं आने, आस्ट्रेलिया चले जाओ जे असल आस्ट्रेलियन ने वो शहर च नहीं बैठे हुए वो तो पिंड च रेंदे शहर से, तो वह हलकत उन्नी को आँदी जिन्होंने कम कार है, बाकी बसों सारी अमरीका की भी बरतानिया की भी यूरोप सारे की ये सारी पिछे इन्हों का पिंड रिश्ता है। तो सर हम थोड़ी गल करा कि तुसा लिखन का आगाज कदों किया जी? मैं जी मेरा लिखन का जो मुढ़ बजा वो घर च पढ़ते
सारे घरां दे विच किताबां हुंदियां ने, भैण भरा वड्डे पढ़दे होण, मापे पढ़दे होण। साढ़े घर दोवां तरसां दियां किताबां सन। मेरे मापे जिहड़े ने उह पंजाबी किताबां पढ़दे सन, और जिहड़ी पीढ़ी दा मैं वां, इस तों पिछली पीढ़ी जिहड़ी है उह भावें पंजाब दे किसे भी खित्ते च बैठे होण जी, उस उम्र दे उस वेले दे, उन्हां सारिआं नूं पंजाबी किताबां दा पता है। इन्नी पंजाबी किताब छपदी सी और इन्नी घरां च पढ़ी जांदी सी, कुरान पढ़िया जांदा सी और नाल पंजाबी किताबां पढ़ियां जांदियां सी, वारिस शाह पढ़े जांदे सन, मियाँ मुहम्मद बख्श साहब पढ़े जांदे सन, अली हैदर मुल्तानी पढ़े जांदे, सुल्तान बाहू साहब पढ़े जांदे, बुले शाह साहब पढ़े जांदे सन, फरीद साहब पढ़ी, भी जिन्नी लाठ दी लाठ है साढ़े लिखण वालियां दी। और कोई हिसाब ही नहीं सी, ये तो वड्डे जीयां दे असीं नां लैंदे आ ना, जिहड़े वड्डी क्लासिक है साडी, थले बड़ी दुनिया सी, वो सब दियां किताबां छपदियां सन। और छप के मल्लियां दे विच, पिंडां दे विच, शहरां च, ये शहर लाहौर जिहड़ा है, ये बुनियादी तौर पर पंजाबी दा शहर है, इत्थे इन्नी किताब पंजाबी दी छपदी सी। खैर, कहण दा मतलब है कि वह घरां दे विच मेरे वेले दे जिहड़े जी ने बच्चे, असां अपना जिहड़ा बचपना वेखिया, उहदे च असीं दोवें किताबां वेख, पंजाबी दियां भी वेखियां ने, मापियां नूं पढ़दे आए हैं, मावां जंगनामे पढ़दियां सन, फिर जिहड़ियां सवेरे मुनाजात पढ़नियां, हमदनात पढ़नी, या सवेरे विरद करना, बीबियां साडियां सारियां नूं वजीफे पढ़दियां सन, मावां नानियां, वह सारे पंजाबी च हुंदे सन। वह पंजाबी तर्जमे ने, अरबी चीज़ां दे पंजाबी तर्जमे उहनां वेलिआं दे आलमां ने कीते होए, ताकि हर किसी नूं जबानी याद हो जाए। दूजे पासे असीं वड्डे भैन भरावां नूं वेखदे हां उर्दू दीआं किताबां पढ़ रहे, तो मेरे कन्नां च दोवें ही जबानां अपनी दी आवाज पई है, मतलब अपनी पंजाबी दी भी। तो फिर लिखण दा जिहड़ा वो पढ़न नाल ही लिखण दा शौक पैंदा है, जो पढ़दिआं ही मतलब प्राइमरी सां ते किन्नां लोकां नूं पढ़ रहे, जिन्ना मॉडर्न उर्दू लिटरेचर लिखिआ गया, मंटो बेदी कृष्ण इस तरह के जिहड़े जी, असीं इहनां नूं भी पढ़ना, वड्डे भैन भरा पढ़दे सां, वाल साहब को नेड़े होना तो वारसा पढ़ते ने पै, और वो सुनाते ने पै कि आ देख किस तरह वारस साहब भी पढ़ो बई, पढ़ के सुनाओ हाँ मैं। तो दोवें आवाज़ा कन्ना च पईआं, तो लिखण का जोड़ा शौक पैदा होया, वो पहला हों जी बोली तुहाडे ठोंसी जाती है ना, तुसीं उस दे विच ही अटैम्प्ट करनी होंगी है, क्योंकि तुहानूं लिखनी पढ़नी थी उही दसी जा रही, अपनी तो लिखनी पढ़नी दसी नहीं जा रही, अपनी असी वैसे सुन रहे हैं, वैसे लिव कर रहे हैं, वो जीवी जा रही है, पढ़नी लिखनी सिखाई नहीं जा रही, लेकिन जी असी उन्हों रहे हैं, क्योंकि बगैर किसी की मदद दे असी उन्हों बोल लैने, जो माँ नूं कहना वो माँ नूं कह सकते हैं, जो बाप नूं कहना वो कह सकते हैं, जो पूछना है जो स्कूल कॉलेज दी वो हुण घरां च आके उर्दू तो नहीं सन असी बोलदे, तो घरां च आके सारा हाल हवाल जिहड़ा सी मापिआं नूं देना, वड्डे भैण भरावां नाल गलबात करनी, पंजाबी च करदे। तो इस वास्ते लिखण दा भी जिहड़ा स्टार्ट हुंदा वह हुंदा उस इकतसाबी बोली नाल जिहड़ी तुसीं सिखदे, वह माड़ा माड़ा उहदे विच ना मेरा दिल करना, ख्याल आना, तो मैं लिखणा, कोई उर्दू लिखण दी कोशिश करनी, बच्चिआं दीआं कहानियां वड्डिया वालियाँ, वो करद्या करद्या उम्र का एक हिस्सा मैं छापना भी शुरू हो गया, उर्दू के माड़ा मोटा जो मैं लिखता सा वो छप भी गया, दो चार थावान से छपया। माशाल्लाह सर, असीं तुहाडे किताब घर च मौजूद हाँ, काफ़ी ज़्यादा किताबा ने, एक किन्नी देर हो गई है इनू बनाए किताब घर? ये किताब घर जी असी ये जरा छापन का रसाला कढ़न का अमल है, ये असी कोई सन 86 शुरू किया। अच्छा। ते उस वेले असी एक पंजाबी परचा कढ़िया मां बोली दे नां तों। अच्छा। वो चलिया, कहानियां छापते शायरी छापते मजमून, यो कि लैंग्वेज का इशू हुंदा की है, और दूसरियां जबानां दे चों पंजाबी च तर्जमे करके छापने, वो सारा कुछ करदिआं करांदिआं फिर नाल असी किताबां भी छापनियां शुरू कर दित्तियां, यार पंजाबी च किताबां होनियां चाहीदियां, मतलब जिवें जिवें पंजाबी वल उलरे हैं, जिवें मैं तुहानूं दस्सिआ कि उर्दू मैं लिखदा सी, तो उर्दू लिखदिआं मैनूं ख्याल आया
मैं कह जिसले मैं उर्दू बुलाना वा तो जिन्हों लोगों मैं बुला रहा उर्दू वो तो मेरे आल दुआले ने, मैं ख्याली बोली तो लिख नहीं रहा या ख्याली दुनिया नहीं बखा रहा, वो रियलिटी जी है वो थोड़े तो आसे पासे वो करैक्टर जिसले मैं लिखना वा तो मैं उन्होंने मूँह च उर्दू पा देना, वो वैसे जींदे जागते वो पंजाबी बोलते हैं, तो मैं कह मेरे नाल कोई अपने नाल हाथ हो जाता है। तो मैं एक करैक्टर बनाया मुशक्कत करने वाला बंदा पंजाबी बन रहा, वो माइया पंजाबी ने घर के बीबिया आदियां ने, तो मैं उन्होंने उर्दू बुलाना तो यही की मेरी तसली नहीं सी होती। बहुत ये शुरुआत का वेला है जी। वो फिर मैनू यह समझ आई कि जो ये बोलते ने वो कोई लिखना है, जो ये जींदे ने वो ही मैं जीना, मेरा इन्हों का जो संग है रिश्ता है अपने करैक्टर्स के नाल वो तो जिंदा जागता रिश्ता है अपनी लैंग्वेज का, असी एक लैंग्वेज के लोग एक बोली बोलने अस, मैं बिच खाम खा एक कंध बनाना और उन्हें तो रंग रोगन करन की कोशिश करना, वो कंध कंध ही रहती, कभी उन्हें फिल्मी बोली बालना, कभी उन्हें किताबा की पढ़ी बोली बा दाखिल करना, वो गल बनती नहीं। इस वजह तो मैं माड़ी माड़ी पंजाबी लिखनी शुरू की थी, क्योंकि घर के ट्रेडिशन मौजूद सी, लिटरेचर मौजूद सी, उनका असर सी, वो पंजाबी बल्ले आना, फिर जिस वे असी होश चाहे रसाला छापण का जिसल सू ख्याल आया, पंजाबी रसाले वेखते सी, डरे लोग बेचारे उर्दू के भार तो डरे ने, अंग्रेजी के भार तो डरे ने, तो पंजाबी दी कच्ची पक्की जी शक्ल बना के उन्होंने रसाला बना, चंगे रसाले भी छपते सन पर असा कोई ना वेखे, तो असी क्या है यार डर कद है पंजाबी नू मिलना कद है, भी असी पंजाबी हाँ असी पंजाब बैठे हाँ, पंजाब साडा घर वे वेल है साडा, और साड़ी एडी तारीख है, लैंग्वेज मुकदी नहीं, इन मुहावरे जड़े ने खत्म नहीं होंगे, मावं साड़िया बैठिया बैठिया पंजा हाणा नालों गल कर दियां ने और सारी वो गल शीशा करके हथ फड़ा देंदियां ने, बाप गल करता है तो उन्हें कसर को नहीं, तो सानू कान का दी है पंजाबी देश कसर का की है, वारसियां दे बैठा है, इन बुले शाह बैठा है, इन्दे च एडिया हस्तियां बैठी हुई, तो सानू खौफ की है, उर्दू ने सानू अंग्रेजी ने उस सिस्टम ने जिस तरह लिया के लागू कीतिया ने उन्हें डरा दिता जी, वो ठंबर गए लोग, पंजाबी लिख दिया घबराते हैं व्डे व्डे, असी क्या यार घबराहट मुकनी चाहिए, घबरन कद है, सारी दुनिया अपनी बोली पढ़ती है, अपनी बोली जींदी, अपनी बोली लिखती है, दुनिया का सारा बड़ा लिटरेचर जिन्हों लोगों ने भी लिखा है उन्हें अपनिया बोलियां च लिखी, शेक्सपीयर ने लैटन च नहीं लिखिया, शेक्सपीयर के वेले लैटन चलती सी, और जिस वेले रूस के टॉलस्टॉय वर्गे बंदे हो रहे हैं और एडिया एडिया एडे एडे जिन होए ने रशियन लिटरेचर के फ्रेंच लिटरेचर के, कि उन्होंने रशियन जड़े सन वो फ्रेंच जाते सन, अपर क्लास जड़ी सी अपर क्लास में बीमारी होंगी, ये अपना पिछा लुका, और जोड़ा हैवी हों कल्चर या दूसरे पास का कल्चर उन्हें जुड़ के अपने आप को खानदानी दसन का एनसैसट्रल दसना जोड़ा इन्हों का प्रॉब्लम होता है। इस तरह जी उस विलायत जी खलकत सी बैठी एरिस्टोक्रेट सन जो उत्ते बैठे लैंडलॉर्ड वो लैटन दे विच लिखते सन या फ्रेंच लिखते सन, खलकत की जबान नहीं लिखनी जी। कि खलकत की जबान लिखांगे तो असी इन्हां च साडे च फर्क ही रहेगा, भी खलकत का दिता खा रहा है जे, खलकत का दिता पा रहा है जे, खलकत का दिता हंडा रहा है जे, तो उनकी बोली जिसले तुसी बोलोगे तो तुहानू की हो जाएगा, फड़े जाओगे ना, हाँ जी, तुहाडी चोरी फड़ी जाएगी, इस वास्ते वो तुसी वो बोली बोलते जे, क्या जिमें उर्दू साढ़े बंदे बोलन लग पैंदे जी।
ਨੌਕਰਾਣੀਆਂ ਨਾਲ, ਨੌਕਰਾਂ ਨਾਲ। ਉਹ ਨੌਕਰ ਵੀ ਵਿਚਾਰੇ ਡਰਦੇ, ਉਹ ਵੀ ਉਹਨਾਂ ਦੀ ਕੋਸ਼ਿਸ਼ ਕਰਦੇ ਨੇ। ਤੋ ਇੱਕ ਡਰ, ਖੌਫ ਬੱਕਰਿਆਂ ਹੋਣ ਦਾ, ਵੱਖਰੀ ਮਖਲੂਕ ਹੋਣ ਦਾ, ਇਹ ਇੱਕ ਕੰਪਲੈਕਸ ਹੁੰਦਾ ਹੈ, ਇਹ ਗੁੰਝਲ ਹੈ। ਸੋ ਅਸਾਂ ਕਿਹਾ ਯਾਰ, ਅਸੀਂ ਆਪਣੀ ਬੋਲੀ 'ਚ ਲਿਖਣਾ ਪੜ੍ਹਨਾ ਤਾਂ ਸਾਨੂੰ ਇਹ ਸਾਨੂੰ ਡਰ ਕਰਦਾ ਜੀ। ਸਰ ਸਰ ਤੁਸੀਂ ਮਾਸ਼ਾਅੱਲਾ ਇੰਨਾ ਕੁਛ ਲਿਖਿਆ, ਤੁਹਾਡੀਆਂ ਕਈਆਂ ਕਿਤਾਬਾਂ ਪੜ੍ਹਾਈਆਂ ਵੀ ਜਾਂਦੀਆਂ ਨੇ, ਤਾਂ ਕਿਸ ਕੰਸੈਪਟ ਬਾਰੇ ਤੁਸੀਂ ਬਹੁਤਾ ਲਿਖਿਆ? ਮੈਂ ਜੀ ਬੇਸਿਕਲੀ ਤਾਂ ਮੈਂ ਹੈਗਾ ਵਾਂ ਸ਼ਾਰਟ ਸਟੋਰੀ ਲਿਖਣਾ ਵਾਂ, ਕਹਾਣੀ ਲਿਖਣਾ। ਤੋ ਕਹਾਣੀ ਦਾ ਮੈਨੂੰ ਸ਼ੌਕ ਸੀ। ਠੀਕ ਹੈ ਸਰ। ਤੋ ਕਹਾਣੀਆਂ ਜਿਹੜੀਆਂ ਨੇ, ਕਹਾਣੀਆਂ ਬੰਦੇ ਦੇ ਆਲ ਦੁਆਲੇ 'ਚ ਹੀ ਕਹਾਣੀਆਂ ਨੇ। ਹਾਂਜੀ, ਬੰਦਾ ਆਪ ਹੀ ਉਹਨਾਂ ਕਹਾਣੀਆਂ ਦਾ ਹਿੱਸਾ ਹੈ। ਕਲਾਸਿਕ ਜਿਹੜੀ ਉਹ ਸਾਰੀ ਪੜ੍ਹੀ ਗਈ, ਨਵੇਂ ਸਿਰਿਓਂ ਪੜ੍ਹੀ ਗਈ ਹੈ, ਉਹਦੇ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ। ਪੜ੍ਹਾਉਣ ਦਾ ਔਰ ਤਬਲੀਗ ਕਰਨ ਦਾ ਜਿਹੜਾ ਹੈ, ਅਸੀਂ ਪ੍ਰਚਾਰ ਉਹਦੇ ਕਰਨ ਵਾਸਤੇ ਬੈਠੇ ਹੋਏ ਹਾਂ। ਤਾਂ ਉਹਦਾ ਵਾਧਾ ਇਸੇ ਤਰੀਕੇ ਨਾਲ ਹੋ ਸਕਦਾ ਕਿ ਜਿਹੜੀ ਸਾਨੂੰ ਉਹਦੇ ਬਾਰੇ 'ਚ ਕਿਸੇ ਨੇ ਕੰਪਲੈਕਸ ਪਾ ਦਿੱਤਾ ਜੀ। ਕੰਪਲੈਕਸ ਪਾਇਆ ਜਿਨ੍ਹਾਂ ਦੀ ਸਿਆਸਤ ਸੀ ਜੀ, ਗੋਰਿਆਂ ਦੀ ਸਿਆਸਤ ਬਣੀ ਇੱਥੇ। 1849 'ਚ ਉਹਨਾਂ ਪੰਜਾਬ ਪਤਾ ਕੀਤਾ, ਪੰਜਾਬ 'ਤੇ ਕਬਜ਼ਾ ਕੀਤਾ, ਹਿੰਦੁਸਤਾਨ ਸਾਰੇ 'ਤੇ ਕਬਜ਼ਾ ਕਰ ਬੈਠੇ ਸਨ। ਸਿਰਫ ਪੰਜਾਬ ਸੀ ਜਿਹੜਾ ਉਹਨਾਂ ਦੇ ਕਬਜ਼ੇ 'ਚ ਨਹੀਂ ਸੀ ਹੈ। ਉਹਨੂੰ ਕਰਨ ਵਾਸਤੇ ਉਹਨਾਂ ਨੂੰ 50-60 ਸਾਲ ਉਡੀਕਣਾ ਪਿਆ। ਜਿਸ ਲਈ ਉਹ ਕਾਬਜ਼ ਹੋਏ ਨੇ, ਉੱਧਰੋਂ ਫੌਜਾਂ ਲੈ ਕੇ ਆਏ ਦੂਸਰੇ ਇਲਾਕਿਆਂ ਦੀਆਂ, ਜਿਹੜਾ ਹਿੰਦੁਸਤਾਨ ਬਾਕੀ ਦਾ ਸੀ, ਪੂਰਬੀਏ ਸਨ, ਉਹ ਸਾਰੇ ਉਹਨਾਂ ਦੇ ਪਹਿਲਾਂ ਮਤੀਹ ਹੋ ਚੁੱਕੇ ਸਨ। ਅਸੀਂ ਮਤੀਹ ਨਹੀਂ ਸਾਂ। ਸਾਨੂੰ ਉਹਨਾਂ ਨੇ ਬਹੁਤ ਲੇਟ ਆ ਕੇ 1849 'ਚ ਸਾਡੇ ਉੱਤੇ ਕਬਜ਼ਾ ਕੀਤਾ। ਅਤੇ ਉਹ ਕਬਜ਼ਾ ਕਰਦਿਆਂ ਸਾਰ ਉਹਨਾਂ ਨੇ ਇੱਕ ਪਾਸੇ ਸਾਡੀ ਬੋਲੀ ਪਛਾਣੀ ਉਹਨਾਂ ਨੇ, ਲੇਕਿਨ ਉਹਨਾਂ ਆਪਣੇ ਉਹ ਜਿਹੜੇ ਮੁਲਾਜ਼ਮ ਲੈ ਕੇ ਆਏ ਨਾ, ਉਹਨਾਂ ਦੀ ਜਿਹੜੀ ਭਾਸ਼ਾ ਸੀ, ਉਹਨਾਂ ਦੀ ਜਿਹੜੀ ਬੋਲੀ ਸੀ, ਹਮਕਾ ਧਮਕਾ ਵਾਲੀ, ਉਹਨਾਂ ਥੱਲੇ ਲੈਵਲ 'ਤੇ ਉਹ ਚਾਲੂ ਕਰ ਦਿੱਤੀ। ਉਤਲੇ ਲੈਵਲ ਦੇ ਉੱਤੇ ਜਿੱਥੇ ਪਰਸ਼ੀਅਨ ਸੀ, ਉਹ ਪਰਸ਼ੀਅਨ ਅਟੈਕ ਉਹਨਾਂ ਅੰਗਰੇਜ਼ੀ ਕਰ ਦਿੱਤੀ। ਹੁਣ ਉੱਤੇ ਸਾਹਿਬ ਆਪ ਹੈ, ਥੱਲੇ ਸਾਹਿਬ ਦੇ ਪਿਆਦੇ ਨੇ, ਥੱਲੇ ਖਲਕਾਂ 'ਤੇ। ਅਸੀਂ ਪੰਜਾਬੀ ਜਿਹੜੇ ਸਾਂ, ਸਾਡੇ ਉੱਤੇ ਉਰਦੂ ਆ ਗਏ। ਹੁਣ ਉਰਦੂ ਦੇ ਵਿੱਚ ਹੀ ਸਾਰੀ ਲਿਖਾ ਪੜ੍ਹੀ, ਉਰਦੂ 'ਚ ਹੀ ਨੌਕਰੀ ਮਿਲਣੀ ਹੈ, ਛੋਟੀ ਮੋਟੀ ਦਰਖਾਸਤ ਲਿਖਣੀ ਔਰ ਜਿਹੜਾ ਦਫ਼ਤਰੀ ਕੰਮਕਾਰ ਨੇ, ਉੱਤੋਂ ਭੁੱਖ ਪੈ ਗਈ। ਅੰਗਰੇਜ਼ਾਂ ਨੇ ਜਿਹੜਾ ਸਿਸਟਮ ਇੱਥੇ ਚਾਲੂ ਕੀਤਾ, ਉਸ ਦੇ ਵਿੱਚ ਪੰਜਾਬ ਵਿੱਚ ਭੁੱਖ ਵਰਤ ਗਈ ਜੀ। ਜੀ ਸਰ, ਸਰ ਤਾਂ ਸਾਡੇ ਵੇਖਣ ਵਾਲਿਆਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਵੇਖਣ ਵਾਲਿਆਂ ਨੂੰ ਇਹ ਦੇਣਾ ਚਾਹੁੰਦੇ ਹਾਂ ਪੈਗਾਮ ਜੀ, ਅਵਲ ਤਾਂ ਪੈਗਾਮ ਉਹਨਾਂ ਦੇ ਘਰ ਪਹੁੰਚ ਹੀ ਰਿਹਾ, ਜਿਹੜਾ ਮੈਂ ਬੋਲਣਾ ਵਾਂ ਪਿਆ, ਉਹ ਇਹ ਹੀ ਹੈ ਕਿ ਆਪਣੀ ਬੋਲੀ ਕੋਲੋਂ, ਆਪਣੀ ਮਦਰ ਟੰਗ ਕੋਲੋਂ, ਆਪਣੀ ਮਾਂ ਬੋਲੀ ਕੋਲੋਂ ਬੰਦੇ ਨੂੰ ਕਿਸੇ ਕਿਸਮ ਦੀ ਕਾਣੋ ਨਹੀਂ ਖਾਣੀ ਚਾਹੀਦੀ। ਬੰਦੇ ਦਾ ਤੁਖਮ ਤਸੀਰ, ਬੰਦੇ ਦਾ ਅਸਲਾ ਉਹ ਹੀ ਹੈ ਜੋ ਹੈ, ਉਹ ਬਦਲ ਨਹੀਂ ਜਾਂਦਾ। ਤੁਸੀਂ ਦੁਨੀਆ ਦੀਆਂ ਲੱਖ ਬੋਲੀਆਂ ਸਿੱਖ ਸਕਦੇ ਜੇ ਤੁਹਾਨੂੰ ਆਪਣੀ ਆਉਂਦੀ ਹੋਵੇ। ਤਾਂ ਆਪਣੀ ਬੋਲੀ ਇੱਕ ਐਸਾ ਜ਼ਰੀਆ ਹੁੰਦਾ ਜਿਹਦੇ ਨਾਲ ਤੁਸੀਂ ਕਿਸੇ ਵੀ ਬੋਲੀ ਨੂੰ ਆਸਾਨੀ ਨਾਲ ਸਿੱਖ ਸਕਦੇ ਜੀ। ਸਾਨੂੰ ਇਸੇ ਵਾਸਤੇ ਹੀ ਪੜਾ ਪੜਾ ਕੇ ਉਹਨਾਂ ਨੇ ਸਾਡੀਆਂ ਤਲੀਆਂ ਉਡਾ ਛੱਡੀਆਂ ਨੇ, ਹੱਥਾਂ ਦੀਆਂ, ਬਾਲਾਂ ਦੀਆਂ, ਬਾਲਾਂ ਨੂੰ ਬਾਗੀ ਕਰ ਛੱਡਿਆ ਪੜ੍ਹਨ ਤੋਂ। ਬੱਚੇ ਸਕੂਲ ਛੱਡ ਜਾਂਦੇ ਸਨ, ਡਰਾਪ ਆਊਟ ਦਾ ਰੇਟ ਅੱਜ ਵੀ ਜਿਹੜਾ ਉਹ ਬਹੁਤ ਖੌਫਨਾਕ ਹੈ। ਇਸ ਵਾਸਤੇ ਹੀ ਕਿ ਤੁਸੀਂ ਆਪਣੀ ਬੋਲੀ ਉਹਨਾਂ ਨੂੰ ਨਹੀਂ ਪੜ੍ਹਨ ਦਿੰਦੇ, ਨਾ ਉਹਦੇ 'ਚ ਪੜ੍ਹਾਉਂਦੇ ਜੇ, ਤਾਂ ਤੁਹਾਨੂੰ ਆਪਣੀ ਬੋਲੀ ਕੋਲੋਂ ਡਰਨਾ ਨਹੀਂ ਚਾਹੀਦਾ। ਆਪਣੀ ਬੋਲੀ ਸਾਡਾ ਪਿੱਛਾ ਜਿਹੜਾ, ਚਲੋ ਜੀ ਅਸੀਂ, ਜੇ ਸਾਨੂੰ ਇਹ ਡਰ ਹੁੰਦਾ ਆਪਣੀ ਜਾਤ ਪਾਤ ਦਾ ਡਰ ਜੀ, ਕਹੋ ਜੀ ਮੈਂ ਜੇ ਇਹ ਆਪਣੀ ਬੋਲੀ ਬੋਲੀ ਤਾਂ ਸਾਡਾ ਪਤਾ ਲੱਗ ਜਾਣਾ ਵੀ ਇਹ ਤਰਖਾਣਾ ਦਾ ਘਰ ਜੀ। ਬਈ ਤਰਖਾਣਾ ਦਾ ਘਰ ਇੱਕ ਮਿਹਣ ਹੈ, ਤਰਖਾਣ ਹੁਨਰਮੰਦ, ਤਰਖਾਣ ਦੇ ਕੀਤੇ ਕੰਮ ਨਾਲ ਹੀ ਰੰਗ ਲੱਗਾ ਹੈ। ਜਿੰਨੇ ਕਸਬ ਨੇ, ਜਿੰਨੇ ਹੁਨਰ ਨੇ, ਖੇਤੀ ਬਾੜੀ ਤੋਂ ਲੈ ਕੇ ਵਾਈ ਬੀਜੀ ਤੋਂ ਲੈ ਕੇ ਸਾਰੇ ਕੰਮ ਕਾਰ ਜਿਹੜੇ ਨੇ, ਉਹ ਬਰਕਤ ਨੇ, ਰੱਬ ਦੀ ਦੇਹ ਨੇ, ਤਾਰੀਖ ਦੇ 'ਚ ਪੈਦਾ ਹੋਏ ਨੇ, ਤਾਰੀਖੀ ਤੌਰ ਦੇ ਉੱਤੇ ਉਹਨਾਂ ਦਾ ਐਡਾ ਵੱਡਾ ਬੈਕਗਰਾਊਂਡ ਹੈ। ਤੂੰ ਉਹਦੇ 'ਚੋਂ ਸਾਨੂੰ ਜਨਾਬ ਤਰਖਾਣ ਹੁਣ ਤੂੰ ਕੀ ਮਿਹਣਾ ਆ ਜਾਏਗਾ। ਇਹ ਮਿਹਣੇ ਬਾਜ਼ੀਆਂ ਛੱਡ ਕੇ ਸਾਨੂੰ ਆਪਣਾ ਆਪ ਪਛਾਣਨਾ ਚਾਹੀਦਾ, ਆਪਣੀ ਤਾਕਤ ਪਛਾਣਨੀ ਚਾਹੀਦੀ। ਆਪਣੀ ਬੋਲੀ ਦੇ ਨਾਲ ਸਾਡਾ ਚੇਤਾ ਜੁੜਿਆ ਹੈ, ਸਾਡੀ ਤਾਰੀਖ ਜੁੜੀ ਹੋਈ ਹੈ। ਹੁਣ ਕਿਸੇ ਜਿਹੜਾ ਉਰਦੂ ਵਿਚਾਰਾ ਸਿੱਖਣ ਡਿਆ ਕਰਦਾ ਪਿਆ, ਉਹਨੂੰ ਪੁੱਛੋ ਹਾਂ ਵੀ ਤੇਰੇ ਦਾਦੇ ਦਾ ਨਾਂ ਕੀ,
ਉਹ ਸੋਚੀ ਬਹਿ ਜਾਂਦਾ ਜੀ। ਤੇਰੀ ਦਾਦੀ ਦਾ ਕੀ ਨਾਂ ਪੁੱਤ? ਉਹ ਪੁੱਤ ਜਿਹੜਾ ਉਹ ਗਵਾਚ ਜਾਂਦਾ ਜੀ। ਦੱਸਣਾ ਵੀ ਚਾਹੁੰਦਾ ਉਹਨੂੰ ਨਾ ਲੱਗਦੇ ਨੇ ਕਿ ਉਹ ਲੋਕ ਕੀ ਕਹਿਣਗੇ ਕਿ ਦੀਨ ਮੰਮਾ ਦਾ ਪੁੱਤਰ ਹੈ ਜਾਂ ਦੀਨ ਮੰਮਾ ਦਾ ਪੁੱਤਰ ਹੈ। ਤਾਂ ਦੀਨ ਮੰਮਾ ਦੇ 'ਚ ਕੀ ਮਿਹਣਾ ਹੈ ਬਾਈ ਜੀ? ਚਿਰਾਗਦੀਨ ਕੋਈ ਨਾਂ ਜਾਂ ਚੰਨਨਦੀਨ ਨਾਂ ਵੱਡਿਆਂ ਦੇ ਨਾਂ 'ਤੇ ਇੰਜਦੇ ਹੀ ਹੁੰਦੇ ਸਨ। ਹਾਂਜੀ, ਸਾਰੀ ਦੁਨੀਆ 'ਚ ਵੱਡਿਆਂ ਦੇ ਨਾਂ ਇੰਜਦੇ ਨੇ। ਅਰਬਾਂ ਦੇ 'ਚ ਪਿੱਛੇ ਤੁਰ ਪਵੋ ਤੁਸੀਂ ਅਤੇ ਉਹ ਪਿੱਛੇ ਉਹਨਾਂ ਦੇ ਪੁਰਾਣੇ ਯੁੱਗਾਂ ਦੇ ਨਾਂ ਨੇ ਜਿਹੜੇ ਆਸਾਨੀ ਨਾਲ ਰੱਖੇ ਗਏ ਸਨ। ਤਾਂ ਇਹ ਮਿਹਣਾ ਜਿਹੜਾ ਆਪਣੀ ਲੈਂਗੁਏਜ ਤੋਂ, ਆਪਣੀ ਬੋਲੀ ਤੋਂ ਮਿਹਣਾ ਮਹਿਸੂਸ ਕਰਨਾ, ਇਹ ਇੱਕ ਐਸੀ ਸਾਡੇ ਅੰਦਰ ਘਾਟ ਏ ਪੈਦਾ ਹੋਈ ਏ ਨਫਸੀਆਤੀ ਤੌਰ 'ਤੇ। ਸਾਨੂੰ ਰੋਗ ਲੱਗ ਗਿਆ, ਅਸੀਂ ਦੋ ਹੋ ਗਏ ਹਾਂ, ਤਕਸੀਮ ਹੋ ਗਏ ਹਾਂ, ਸਾਡਾ ਸੈਲਫ ਜਿਹੜਾ ਉਹ ਡਿਵਾਈਡ ਹੋ ਗਿਆ। ਇੱਕ ਸੈਲਫ ਜਿਹੜਾ ਅਸੀਂ ਉਹਨੂੰ ਓਨ ਕਰਨੇ ਹਾਂ, ਦੂਸਰੇ ਨੂੰ ਅਸੀਂ ਛੱਡਣੇ ਹਾਂ, ਔਰ ਕੰਪਲੈਕਸ 'ਚ ਚਲੇ ਗਏ ਹਾਂ। ਕੰਪਲੈਕਸ ਏ ਉਲਝਣ, ਨਫਸੀਆਤੀ ਉਲਝੇਵਾਂ ਪੈ ਗਿਆ ਕਿ ਆਪਣੀ ਬੋਲੀ ਬੋਲੇ ਪਤਾ ਨਹੀਂ ਕੀ ਹੋ ਜਾਏਗਾ। ਕੁਛ ਨਹੀਂ ਹੁੰਦਾ, ਆਪਣੀ ਬੋਲੀ ਬੋਲੇ। ਮੈਂ ਤੁਹਾਡੇ ਨਾਲ ਬੋਲਣ ਲਿਆ, ਉਹ ਮੈਨੂੰ ਕਿਸੇ ਕਿਸਮ ਦੀ ਕੋਈ ਔਕੜ ਨਹੀਂ, ਕਿਉਂਕਿ ਮੇਰਾ ਉਸ ਤਰ੍ਹਾਂ ਦਾ ਕੋਈ, ਤੁਹਾਡਾ ਵੀ ਇਸੇ ਤਰ੍ਹਾਂ ਹੀ ਝਾਕਾ ਲਿਆ ਜਾਏਗਾ। ਜਿਹੜੀ ਸੰਘ ਵੇ, ਸੰਘ ਜਾਂ ਝਾਕਾ, ਹੈਜੀਟੇਸ਼ਨ, ਇਹ ਬੰਦੇ ਦੀ ਫੀਲਿੰਗ ਦੇ 'ਚ ਘਾਟੇ ਦੀ ਨਿਸ਼ਾਨੀ। ਉਹ ਘਾਟਾ ਮੁਕਾ ਦਿਓ, ਆਪਣੀ ਬੋਲੀ 'ਚ ਗੱਲਾਂ ਕਰੋ ਜਿਵੇਂ ਤੁਸੀਂ ਕਰਨੀਆਂ ਚਾਹੁੰਦੇ ਜੇ, ਖੁੱਲ੍ਹਾ ਡੁੱਲਾ ਬੋਲ ਸਕਦੇ ਜੇ। ਹੁਣ ਡਰ ਸਾਰਿਆਂ ਨੂੰ ਇਹ ਵੇ ਕਿ ਜੋ ਅਸੀਂ ਬਣੇ ਹੋਏ ਹਾਂ ਨਾ ਮਾਇਆ ਜੀ ਲਾ ਕੇ, ਇਹ ਜਿੰਨੇ ਅਫਸਰ ਉਫਸਰ ਤੁਸੀਂ ਵੇਖਦੇ ਜੇ ਬਿਊਰੋਕਰੇਟ, ਇਹ ਤੁਸੀਂ ਜਾਂਦੇ ਜੇ ਤਾਂ ਛੇਤੀ ਨਾਲ ਕਾਨਸ਼ੀਅਸ ਹੋ ਕੇ ਅੰਗਰੇਜ਼ੀ ਉਰਦੂ 'ਚ ਹੋ ਜਾਣਗੇ, ਥੱਲੇ ਉਰਦੂ ਬੋਲਣਗੇ ਉੱਤੇ ਅੰਗਰੇਜ਼ੀ ਕਰਨਗੇ। ਜਿਸ ਵੇਲੇ ਤੁਸੀਂ ਟੁਰ ਜਾਂਦੇ ਜੀ ਤਾਂ ਇਹ ਆਪਸ 'ਚ ਬੈਠਦੇ ਨੇ, ਸਾਰੀ ਗੱਪ ਛੱਪ ਇਹਨਾਂ ਦੀ ਪੰਜਾਬੀ 'ਚ ਹੁੰਦੀ ਹੈ। ਜੋ ਗੰਦਾ ਤੂੰ ਗੰਦਾ ਲਤੀਫਾ ਹੁੰਦਾ ਉਹ ਵੀ ਇਹ ਆਪਸ 'ਚ ਸਾਂਝਾ ਕਰਦਾ। ਉਸ ਵੇਲੇ ਇੰਝ ਹੀ ਹੁੰਦਾ ਜਿਵੇਂ ਬਨੈਣ ਪਾ ਲਈ ਅਤੇ ਲੱਕ ਦੀ ਬੰਨ ਲਈ ਅਤੇ ਬੇਤਕਲਫੀ 'ਚ ਬੈਠ ਗਏ ਨੇ। ਉਹ ਬੇਤਕਲਫੀ ਜਿਸ ਵੇਲੇ ਆਪਣੀ ਲੈਂਗੁਏਜ 'ਚ ਆਉਂਦੀ ਹੈ ਤਾਂ ਭਾਈ ਫਿਰ ਬਾਕੀ ਗੱਲਾਂ ਵੀ ਅਸੀਂ ਇਲਮ ਦੀਆਂ, ਫਜ਼ਲ ਦੀਆਂ, ਅਕਲ ਦੀਆਂ, ਤਾਰੀਖ ਦੀਆਂ ਗੱਲਾਂ, ਉਹ ਜ਼ਿਆਦਾ ਖੁੱਲ੍ਹੇ ਸੁਭਾਅ ਦੇ ਵਿੱਚ ਆਪਣੀ ਬੋਲੀ ਨਾਲ ਈਜ਼ੀਲੀ ਬੋਲ ਸਕਦੇ ਹਾਂ। ਜੀ ਸਰ, ਬਹੁਤ ਸ਼ੁਕਰੀਆ ਸਰ, ਸਾਡੇ ਨਾਲ ਮੌਜੂਦ ਸਨ ਮਖਸੂਸ ਸਾਕਿਬ ਸਾਹਿਬ, ਉਹਨਾਂ ਨੇ ਪੰਜਾਬੀ ਅਤੇ ਵਿਧਾ ਪ੍ਰਚਾਰ ਦੇ ਬਾਰੇ ਵਾਹਵਾ ਗੱਲ ਕੀਤੀ। ਬਹੁਤ ਸ਼ੁਕਰੀਆ ਮਖਸੂਸ ਸਾਹਿਬ, ਤੁਸੀਂ ਸਾਨੂੰ ਬਹੁਤ ਚੰਗਾ ਵਕਤ ਦਿੱਤਾ ਅਤੇ ਸਾਨੂੰ ਬਹੁਤ ਜਿਹੀਆਂ ਗੱਲਾਂ ਦੱਸੀਆਂ ਜਿਹੜੀਆਂ ਇੱਥੋਂ ਪਿੱਛੋਂ ਤੋਂ ਚੱਲੀਆਂ ਆ ਰਹੀਆਂ ਨੇ। ਜੀ, ਬੜੀ ਮਿਹਰਬਾਨੀ। ਹੱਸਦੇ ਰਹੋ ਅਤੇ ਵੱਸਦੇ ਰਹੋ, ਫਿਰ ਮਿਲਾਂਗੇ ਅਗਲੇ ਸ਼ੋਅ ਦੇ ਵਿੱਚ।